ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਸੰਗੇ ਦੇ ਕੋਲ ਬੱਸ ਚਾਲਕ ਦੇ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ। ਬੱਸ ਚਾਲਕ ਦੇ ਵੱਲੋਂ ਮੋਟਰਸਾਈਕਲ ਸਵਾਰ ਨੂੰ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਫਿਲਹਾਲ ਸ਼ੁਰੂ ਕਰ ਦਿੱਤੀ ਹੈ। ਖਡੂਰ ਸਾਹਿਬ ਤੋਂ ਅੱਜ ਦੀ ਆਵਾਜ਼ ਦੇ ਲਈ ਸੁਖਦੇਵ ਰਾਜ ਦੀ ਰਿਪੋਰਟ। ਮਨਵਿੰਦਰ ਸਿੰਘ ਜੀ ਵੀ ਜੀ ਆਹ ਡੈਡ ਬੋਡੀ ਹਸਪਤਾਲ ਚ ਆਈ ਹੈ ਕਿ ਵੀਰ ਦੇ ਐਕਸੀਡੈਂਟ ਹੋਇਆ ਵਾ ਕਿੱਥੇ ਕੀ ਗੱਲ ਪਤਾ ਸਾਰੀ ਜਗਵੀਰ ਸਿੰਘ ਨਾਂ ਜੀ ਦਾ ਹਾਂਜੀ ਨਸ਼ਹਿਰਾ ਬਨੂਆ ਤੋਂ ਅਸੀਂ ਇਕੱਠੇ ਆਉਣ ਦੇ ਆ ਮੈਂ ਅੱਗੇ ਅੱਗੇ ਮੋਟਰਸਾਈਕਲ ਦੇ ਅੱਛਾ ਜੀ ਤੇ ਇਹ ਮੇਰੇ ਪਿੱਛੇ ਆ ਮੋਟਰਸਾਈਕਲ ਦੇ ਤੇ ਬੱਸ ਜਿਹੜੀ ਆ ਆਪਣੇ ਜਾਣ ਦੀ ਆ ਗੋਬਿੰਦ ਸਾਹਿਬ ਉਹ ਬੱਸ ਬਹੁਤ ਜ਼ਿਆਦਾ ਤੇਜ਼ ਸੀ ਤੇ ਡਰਾਈਵਰ ਨੇ ਬੱਸ ਵਾਲੇ ਨੇ ਉਹਨੇ ਮਾਰੀ ਆ ਸਾਈਡ ਇਹਦੇ ਮੋਟਰਸਾਈਕਲ ਨੂੰ ਵੱਜਿਆ ਮੋਟਰਸਾਈਕਲ ਦੇ ਕਿੰਨੇ ਵਜੇ ਘਟਨਾ ਇਹ ਹੈਗੀ ਜੀ ਆਪਣੇ 5:30 ਲੱਗ ਰਿਹਾ ਇੱਕ ਕਮਜ਼ੋਰ ਘਟਨਾ ਜੀ ਇਹ ਹੈਗੀ ਜੀ 5 ਵਜੇ ਤੋਂ ਬਾਅਦ ਦੀ ਗੱਲ ਹੈ ਅੱਛਾ ਜੀ ਅਤੇ ਕੀ ਹੁਣ ਪੁਲਿਸ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੀ ਕਾਰਵਾਈ ਜੀ ਪੁਲਿਸ ਨੇ ਕੋਈ ਗੱਲਬਾਤ ਨਹੀਂ ਕੀਤੀ ਸਾਡੇ ਲਾਗੋਂ ਇੱਕ ਗੋਦਾਲ ਸਾਹਿਬ ਵੱਲੋਂ ਗੱਡੀ ਆਉਣ ਦੀ ਉਹ ਵੀ ਖਲੋ ਕੇ ਮਾੜੇ ਜਿਹਾ ਵੇਖ ਕੇ ਉਹ ਚਲ ਗਏ ਕਹਿੰਦੇ ਵੀ ਉਹਨਾਂ ਵੀ ਕੋਈ ਗੱਲ ਨਹੀਂ ਕੀਤੀ ਔਰ ਤੁਸੀਂ ਕੀ ਮੰਗ ਜਿਹੜੀ ਪੁਲਿਸ ਬਾਅਦ 'ਚ ਆਈ ਹੈ ਕੀ ਮੰਗ ਕਰਦੇ ਹੁਣ 3 ਘੰਟਿਆਂ ਬਾਅਦ ਆਈ ਪੁਲਿਸ 3 ਘੰਟੇ ਬਾਅਦ ਪੁਲਿਸ ਆਈ ਹੈ ਇਸ ਮਾਮਲੇ ਦੀ ਤੁਸੀਂ ਕੀ ਮੰਗ ਕਰਦੇ ਜੇ ਕਾਰਵਾਈ ਕਿਉਂ ਚਾਹੀਦੀ ਕਾਰਵਾਈ ਜੋ ਜੀ ਇਹਨਾਂ ਦੇ ਡਰਾਈਵਰ 'ਤੇ ਕਾਰਵਾਈ ਹੈ ਜੋ ਵੀ ਉਹਨਾਂ 'ਤੇ ਕੀਤੀ ਜਾ ਰਹੀ ਫੜਿਆ ਗਿਆ ਭੱਜ ਗਿਆ ਡਰਾਈਵਰ ਨਹੀਂ ਡਰਾਈਵਰ ਭੱਜ ਗਿਆ ਜੀ ਕਨੈਕਟਰ ਨਾਲ ਮੇਰੀ ਗੱਲ ਹੋਈ ਆ ਕਨੈਕਟਰ ਨੇ ਮੇਰੀ ਗੱਲ ਕਰਾਈ ਆ ਮਾਲਕ ਦੇ ਨਾਲ ਮਾਲਕ ਨੇ ਮੈਨੂੰ ਇਹ ਗੱਲ ਕਹੀ ਵੀ ਇਹਨੂੰ ਆਪਣੇ ਹੌਸਪੀਟਲ ਖੜੋ ਤੇ ਮੈਂ ਉਹਨੂੰ ਕਿਹਾ ਜੀ ਹੌਸਪੀਟਲ ਕਿੱਥੇ ਲੈ ਜਾਈਏ ਬੰਦਾ ਤਾਂ ਗਿਆ ਮਰ ਅਤੇ ਫਿਰ ਉਸ ਤੋਂ ਬਾਅਦ ਉਹਨੇ ਗੱਲ ਨਹੀਂ ਕੀਤੀ ਇਹ ਬੱਸ ਜਾਂਦੇ ਸੀ ਇੱਥੋਂ ਤਰਨ ਤਾਰਨ ਤੋਂ ਗੋਦਾਲ ਸਾਹਿਬ ਜੀ ਹਾਂਜੀ ਅਤੇ ਲੜਕਾ ਵੀ ਜਿਹੜਾ ਸੀ ਤਰਨ ਤਾਰਨ ਤੋਂ ਗੋਦਾਲ ਸਾਹਿਬ ਨੂੰ ਕੋਈ ਫਾਈਨੈਂਸ ਕੰਪਨੀ ਦੇ ਕਲੈਕਸ਼ਨ ਕਰਕੇ ਆ ਰਿਹਾ ਸੀ ਅਤੇ ਜਦੋਂ ਬਜਰੀਆਂ ਪਿੰਡ ਤੋਂ ਥੋੜ੍ਹਾ ਜਿਹਾ ਅੱਗੇ ਲੰਘੇ ਆ ਅਤੇ ਇਹਦਾ ਬੱਸ ਨਾਲ ਐਕਸੀਡੈਂਟ ਹੋ ਗਿਆ ਤਾਂ ਮੋਟਰਸਾਈਕਲ ਤੋਂ ਬੱਸ ਦੇ ਉੱਤੇ ਇਹਦੀ ਮੌਤ ਦੇ ਡੈਥ ਹੋ ਗਈ ਜੀ ਸੋ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਕਾਰ ਵੀ ਪਤਾ ਦਰਜ ਕਰ ਰਹੇ ਜੀ ਬੱਸ ਨਾਲ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁੱਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼ ਰੋਜ਼ਾਨਾ ਅੱਜ ਦੀ ਆਵਾਜ਼ ਪੰਜਾਬ ਦੀ ਭਰੋਸੇਮੰਦ ਅਖ਼ਬਾਰ